Merchant Outlook. ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 98ਵੇਂ ਪੰਨੇ ਦੀ ਵਿਆਖਿਆ, ਮਾਝ ਮਹਿਲਾ ਪੰਜਵਾਂ, ਖੋਜਤ ਖੋਜਤ ਦਰਸਨ ਚਾਹੇ, ਭਾਤ ਭਾਤ ਬਨ ਬਨ ਅਵਗਾਹੇ, ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜੀਓ ਆਣ ਮਿਲਾਵੈ ਜੀਓ। ਕਹਿੰਦੇ ਕਿ ਅਨੇਕਾਂ ਹੀ ਲੋਕ ਜੰਗਲਾਂ ਦੇ ਵਿੱਚ, ਪਹਾੜਾਂ ਦੇ ਵਿੱਚ ਜਾ ਕੇ ਉਸ ਪਰਮਾਤਮਾ ਦੀ ਭਾਲ ਕਰਦੇ ਹਨ ਅਤੇ ਉਸ ਦੇ ਦਰਸ਼ਨਾਂ ਦੀ ਤਾਂਘ ਕਰਦੇ ਹਨ। ਇਸ ਤਾਂਘ ਦੇ ਵਿੱਚ ਉਹ ਅਨੇਕਾਂ ਹੀ ਪ੍ਰਕਾਰ ਦੇ ਜੰਗਲ ਗਾਹ ਮਾਰਦੇ ਹਨ, ਪਰ ਉਹਨਾਂ ਨੂੰ ਪਰਮਾਤਮਾ ਨਹੀਂ ਲੱਭਦਾ, ਕਿਉਂਕਿ ਪਰਮਾਤਮਾ ਕਿਸੇ ਖਾਸ ਥਾਂ ਉੱਪਰ ਵਿਆਪਕ ਨਹੀਂ ਹੈ। ਉਹ ਤਾਂ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ ਮੌਜੂਦ ਹੈ। ਉਹ ਤੇ ਇੱਕ ਮਹਿਸੂਸ ਕਰਨ ਵਾਲੀ ਸ਼ਕਤੀ ਹੈ ਜਿਸ ਨੂੰ ਇਨਸਾਨ ਕਿਤੇ ਵੀ ਬੈਠਾ ਹੋਇਆ ਮਹਿਸੂਸ ਕਰ ਸਕਦਾ ਹੈ। ਗੁਰੂ ਜੀ ਕਹਿੰਦੇ ਕਿ ਕੋਈ ਵਿਰਲਾ ਹੀ ਮਨੁੱਖ ਹੈ ਜੋ ਗੁਰੂ ਦਾ ਦਰਜਾ ਹਾਸਲ ਕਰਦਾ ਹੈ ਤੇ ਦੂਸਰੇ ਲੋਕਾਂ ਨੂੰ ਪਰਮਾਤਮਾ ਨਾਲ ਮਿਲਾਉਣ ਦੇ ਵਿੱਚ ਸਫਲ ਹੁੰਦਾ ਹੈ, ਦੂਜੇ ਲੋਕਾਂ ਨੂੰ ਇੱਕ ਸਹੀ ਰਾਹ ਦਿਖਾ ਪਾਉਂਦਾ ਹੈ। ਖੱਟ ਸਾਸਤ ਵਿਚਰਤ ਮੁਖ ਗਿਆਨਾ, ਪੂਜਾ ਤਿਲਕ ਤੀਰਥ ਇਸਨਾਨਾ, ਨਿਵਲੀ ਕਰਮ ਆਸਨ 84, ਇਨਮਹਿ ਸਾਂਤ ਨਾ ਆਵੈ ਜੀਓ। ਕਹਿੰਦੇ ਜੰਗਲਾਂ ਦੇ ਵਿੱਚ ਜਾਣ ਤੋਂ ਇਲਾਵਾ, ਪਹਾੜਾਂ ਦੇ ਵਿੱਚ ਜਾਣ ਤੋਂ ਇਲਾਵਾ, ਕਈ ਐਸੇ ਲੋਕ ਵੀ ਹਨ ਜੋ 6 ਸ਼ਾਸਤਰਾਂ ਨੂੰ ਵਿਚਾਰਦੇ ਹਨ ਤੇ ਉਹਨਾਂ ਦਾ ਉਪਦੇਸ਼ ਆਪਦੇ ਮੂੰਹ ਦੇ ਨਾਲ ਸੁਣਾਉਂਦੇ ਹਨ ਦੂਸਰੇ ਲੋਕਾਂ ਨੂੰ। ਦੇਵ ਪੂਜਾ ਕਰਦੇ ਹਨ, ਮੱਥੇ 'ਤੇ ਤਿਲਕ ਲਾਉਂਦੇ ਹਨ, ਤੀਰਥਾਂ 'ਤੇ ਇਸ਼ਨਾਨ ਕਰਦੇ ਹਨ। ਕਈ ਐਸੇ ਹਨ ਜੋ ਜੋਗੀਆਂ ਵਾਲੇ 84 ਆਸਨ ਕਰਦੇ ਹਨ, ਪਰ ਕਹਿੰਦੇ ਇਹਨਾਂ ਉੱਦਮਾਂ ਦੇ ਨਾਲ ਵੀ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਇਨਮਹਿ ਸਾਂਤ ਨਾ ਆਵੈ ਜੀਓ, ਕਿ ਇਹ ਸਾਰੇ ਉੱਦਮ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਪਰਮਾਤਮਾ ਨਹੀਂ ਲੱਭਦਾ ਅਤੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਅਨਕ ਵਰਖ ਕੀਏ ਜਪ ਤਾਪਾ, ਗਵਨ ਕੀਆ ਧਰਤੀ ਪਰਮਾਤਾ, ਇੱਕ ਖਿਨ ਹਿਰਦੈ ਸਾਂਤ ਨਾ ਆਵੈ, ਜੋਗੀ ਬਹੁੜ ਬਹੁੜ ਉੱਠ ਧਾਵੈ ਜੀਓ। ਕਹਿੰਦੇ ਜੋਗੀ ਲੋਕ ਅਨੇਕਾਂ ਸਾਲ ਜਪ ਕਰਦੇ ਹਨ, ਤਪ ਕਰਦੇ ਹਨ, ਸਾਰੀ ਧਰਤੀ ਉੱਪਰ ਭ੍ਰਮਣ ਵੀ ਕਰਦੇ ਹਨ, ਧਰਤੀ ਨੂੰ ਗਾਉਣ ਦੀ ਵੀ ਕੋਸ਼ਿਸ਼ ਕਰਦੇ ਹਨ, ਵੱਖ ਵੱਖ ਥਾਵਾਂ 'ਤੇ ਜਾਂਦੇ ਹਨ, ਤੀਰਥ ਇਸ਼ਨਾਨ ਵੀ ਜਿਹੜੇ ਕਰਦੇ ਹਨ। ਤਾਂ ਆਪਣੇ ਪੂਰੇ ਦੇਸ਼ ਦੀ ਜੇ ਗੱਲ ਕਰੀਏ ਤਾਂ ਬੜੇ ਹੀ ਤਰ੍ਹਾਂ ਦੇ ਤੀਰਥ ਇਸ਼ਨਾਨ ਸਾਨੂੰ ਮਿਲਦੇ ਹਨ, ਤਾਂ ਜੋਗੀ ਲੋਕ ਜਿਹੜੇ ਹਨ ਉਹਨਾਂ ਵੱਖ ਵੱਖ ਸਥਾਨਾਂ 'ਤੇ ਜਾਂਦੇ ਹਨ, ਧਰਤੀ ਦੇ ਵੱਖ ਵੱਖ ਕੋਨਿਆਂ ਉੱਪਰ ਜਾ ਕੇ ਉਸ ਪਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਨ, ਪਰ ਕਹਿੰਦੇ ਫਿਰ ਵੀ ਉਹਨਾਂ ਦੇ ਹਿਰਦੇ ਵਿੱਚ ਇੱਕ ਪਲ ਲਈ ਵੀ ਸ਼ਾਂਤੀ ਨਹੀਂ ਆਉਂਦੀ। ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਉਹ ਇਹਨਾਂ ਚੀਜ਼ਾਂ ਦਾ ਖਹਿੜਾ ਨਹੀਂ ਛੱਡਦੇ ਅਤੇ ਮੁੜ ਮੁੜ ਕੇ ਇਹਨਾਂ ਜਪਾਂ ਤਪਾਂ ਦੇ ਪਿੱਛੇ ਹੀ ਦੌੜਦੇ ਰਹਿੰਦੇ ਹਨ। ਕਰ ਕਿਰਪਾ ਮੋਹੇ ਸਾਧ ਮਿਲਾਇਆ, ਮਨ ਤਨ ਸੀਤਲ ਧੀਰਜ ਪਾਇਆ, ਪ੍ਰਭ ਅਵਨਾਸੀ ਵਸਿਆ ਘਟ ਭੀਤਰ, ਹਰ ਮੰਗਲ ਨਾਨਕ ਗਾਵੈ ਜੀਓ। ਕਹਿੰਦੇ ਕਿ ਮੇਰੇ ਉੱਪਰ ਉਸ ਪਰਮਾਤਮਾ ਦੀ ਮਿਹਰ ਹੋਈ ਅਤੇ ਮੈਨੂੰ ਗੁਰੂ ਨਾਲ ਮਿਲਾਪ ਹੋਇਆ, ਅਤੇ ਜਦੋਂ ਗੁਰੂ ਦੇ ਨਾਲ ਮੇਰਾ ਮਿਲਾਪ ਹੋਇਆ ਤਾਂ ਗੁਰੂ ਨੇ ਮੈਨੂੰ ਸਬਰ ਬਖਸ਼ਿਆ, ਮੇਰੇ ਮਨ ਨੂੰ ਧੀਰਜ ਬਖਸ਼ਿਆ, ਮੇਰਾ ਮਨ ਠੰਡਾ ਠਾਰ ਹੋ ਗਿਆ, ਦੁਨੀਆ ਭਰ ਦੀਆਂ ਜੋ ਵਿਕਾਰ ਸਨ ਉਹ ਮੇਰੇ ਅੰਦਰੋਂ ਖਤਮ ਹੋ ਗਏ ਅਤੇ ਮੇਰੇ ਅੰਦਰ ਇੱਕ ਸਬਰ ਪੈਦਾ ਹੋ ਗਿਆ। ਜਦੋਂ ਸਬਰ ਪੈਦਾ ਹੋ ਗਿਆ ਤਾਂ ਮੈਨੂੰ ਸ਼ਾਂਤੀ ਵੀ ਨਾਲ ਹੀ ਮਿਲ ਗਈ। ਪ੍ਰਭ ਅਵਨਾਸੀ ਵਸਿਆ ਘਟ ਭੀਤਰ, ਕਿ ਉਹ ਪਰਮਾਤਮਾ ਮੇਰੇ ਹਿਰਦੇ ਦੇ ਵਿੱਚ ਆ ਵਸਿਆ ਅਤੇ ਹੁਣ ਮੇਰੀ ਹਾਲਤ ਐਸੀ ਹੈ ਕਿ ਮੈਂ ਸਦਾ ਹੀ ਉਸ ਪਰਮਾਤਮਾ ਦੇ ਸਿਫਤ ਸਲਾਹ ਦੇ ਗੀਤ ਗਾਉਂਦਾ ਰਹਿੰਦਾ ਹਾਂ। ਮਾਝ ਮਹਿਲਾ ਪੰਜਵਾਂ, ਪਾਰ ਬ੍ਰਹਮ ਅਪਰੰਪਰ ਦੇਵਾ, ਅਗਮ ਅਗੋਚਰ ਅਲਖ ਅਭੇਵਾ, ਦੀਨ ਦਿਆਲ ਗੋਪਾਲ ਗੋਵਿੰਦਾ, ਹਰ ਧਿਆਵਾ ਗੁਰਮੁਖ ਗਾਤੀ ਜੀਓ। ਇਸ ਪੰਕਤੀ ਦੇ ਵਿੱਚ ਜਾਂ ਇਹਨਾਂ 3 ਪੰਕਤੀਆਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਉਸ ਪਰਮਾਤਮਾ ਦੀ ਵੱਡਤਾ ਨੂੰ ਦਿਖਾਇਆ ਹੈ, ਵਡਿਆਈ ਨੂੰ ਵਿਖਾਇਆ ਹੈ, ਜਾਂ ਉਹਦੇ ਵੱਖ ਵੱਖ ਰੂਪਾਂ ਨੂੰ ਦਿਖਾਇਆ ਹੈ ਅਤੇ ਕਿਹਾ ਹੈ ਕਿ ਜੋ ਪਰਮਾਤਮਾ ਹੈ ਉਹ ਪਰਮ ਆਤਮਾ ਹੈ, ਜਿਸ ਤੋਂ ਪਰੇ ਹੋਰ ਕੋਈ ਵੀ ਨਹੀਂ ਹੈ, ਉਹ ਅਪਰੰਪਾਰ ਹੈ, ਉਸ ਤੋਂ ਪਰੇ ਹੋਰ ਕੋਈ ਚੀਜ਼ ਹੋ ਨਹੀਂ ਸਕਦੀ। ਉਹ ਪ੍ਰਕਾਸ਼ ਰੂਪ ਹੈ, ਅਪਹੁੰਚ ਹੈ, ਸਾਡੀਆਂ ਗਿਆਨ ਇੰਦਰੀਆਂ ਉਸ ਤੱਕ ਪਹੁੰਚ ਨਹੀਂ ਸਕਦੀਆਂ। ਉਸ ਪਰਮਾਤਮਾ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਉਹਦਾ ਭੇਤ ਵੀ ਨਹੀਂ ਪਾਇਆ ਜਾ ਸਕਦਾ। ਉਹ ਦੀਨਾਂ ਦੇ ਉੱਤੇ ਦਇਆ ਕਰਨ ਵਾਲਾ ਹੈ, ਸ੍ਰਿਸ਼ਟੀ ਦਾ ਪਾਲਣਹਾਰਾ ਹੈ, ਸ੍ਰਿਸ਼ਟੀ ਦੇ ਸਾਰੇ ਜੀਵਾਂ ਦੇ ਦਿਲ ਦੀਆਂ ਜਾਣਨ ਵਾਲਾ ਹੈ ਅਤੇ ਉੱਚੀ ਆਤਮਕ ਅਵਸਥਾ ਵਾਲਾ ਹੈ। ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਗੁਰੂ ਜੀ ਨੇ ਉਸ ਪਰਮਾਤਮਾ ਨੂੰ ਬਿਆਨ ਕੀਤਾ ਹੈ ਅਤੇ ਕਿਹਾ ਹੈ ਕਿ ਗੁਰੂ ਦੀ ਸ਼ਰਨ ਪੈ ਕੇ ਉਸ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਜਿਹੜਾ ਇਹ ਸਭ ਕੁਛ ਹੈ।
ਗੁਰਮੁਖ ਮਧਸੂਦਨ ਨਿਸਤਾਰੇ, ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ, ਦਿਆਲ ਦਮੋਦਰ ਗੁਰਮੁਖ ਪਾਈਐ, ਹੋਰਤ ਕਿਤੈ ਨਾ ਭਾਤੀ ਜੀਓ। ਕਹਿੰਦੇ ਜੋ ਗੁਰਮੁਖ ਹੁੰਦੇ ਹਨ ਉਹਨਾਂ ਨੂੰ ਮਧੂ ਦੈਂਤ ਨੂੰ ਮਾਰਨ ਵਾਲਾ ਪਰਮਾਤਮਾ ਮਿਲ ਜਾਂਦਾ ਹੈ। ਮਧਸੂਦਨ ਇਹਨਾਂ ਪੰਕਤੀਆਂ ਦੇ ਵਿੱਚ ਪਰਮਾਤਮਾ ਨੂੰ ਹੋਰ ਤਰੀਕੇ ਦੇ ਨਾਲ ਦਰਸਾਇਆ ਗਿਆ ਹੈ, ਜਿਸ ਤਰ੍ਹਾਂ ਪਿਛਲੀਆਂ ਪੰਕਤੀਆਂ ਦੇ ਵਿੱਚ ਇੱਕ ਤਰੀਕੇ ਨਾਲ ਦਰਸਾਇਆ ਗਿਆ ਸੀ ਕਿ ਉਹ ਅਪਹੁੰਚ ਹੈ, ਜਦੋਂ ਤੱਕ ਅਸੀਂ ਪਹੁੰਚ ਨਹੀਂ ਸਕਦੇ। ਇਹਨਾਂ ਪੰਕਤੀਆਂ ਦੇ ਵਿੱਚ ਦੂਸਰੇ ਤਰੀਕੇ ਦੇ ਨਾਲ ਪਰਮਾਤਮਾ ਨੂੰ ਦਰਸਾਇਆ ਗਿਆ ਹੈ। ਅਤੇ ਕੁਝ ਸ਼ਬਦ ਜੇ ਇਹਦੇ 'ਚੋਂ ਆਪਾਂ ਲਈਏ ਕਿ ਮਧਸੂਦਨ, ਜਿਸ ਤਰ੍ਹਾਂ ਕਿ ਮਧੂ ਦੈਂਤ ਕੋਈ ਸੀਗਾ ਜਿਸ ਨੂੰ ਕਿ ਪਰਮਾਤਮਾ ਨੇ ਮਾਰਿਆ, ਇਹ ਇੱਕ ਕਹਾਣੀ ਹੈ। ਉਸ ਕਹਾਣੀ ਦੇ ਤਹਿਤ ਪਰਮਾਤਮਾ ਨੇ ਮਧੂ ਦੈਂਤ ਨੂੰ ਮਾਰਿਆ ਤਾਂ ਗੁਰੂ ਜੀ ਕਹਿੰਦੇ ਹਨ ਕਿ ਗੁਰਮੁਖ ਮਧਸੂਦਨ ਨਿਸਤਾਰੇ, ਕਿ ਮਧੂ ਦੈਂਤ ਨੂੰ ਮਾਰਨ ਵਾਲਾ ਜਿਹੜਾ ਪਰਮਾਤਮਾ ਹੈ ਉਹ ਗੁਰਮੁਖਾਂ ਦੇ ਨਾਲ ਹੁੰਦਾ ਹੈ, ਗੁਰਮੁਖਾਂ ਨੂੰ ਮਿਲਦਾ ਹੈ। ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ, ਮੁਰਾਰੇ ਵੀ ਇੱਕ ਮੁਰ ਨਾਮ ਦਾ ਦੈਂਤ ਸੀਗਾ, ਉਸਨੂੰ ਵੀ ਪਰਮਾਤਮਾ ਨੇ ਮਾਰਿਆ। ਤਾਂ ਇਹ ਕਿਹਾ ਗਿਆ ਕਿ ਜੋ ਮੁਰਾਰੇ ਹੈ, ਯਾਨੀ ਕਿ ਮੁਰ ਦੈਂਤ ਨੂੰ ਮਾਰਨ ਵਾਲਾ ਪਰਮਾਤਮਾ ਵੀ ਉਸ ਗੁਰਮੁਖਾਂ ਦਾ ਸੰਗੀ ਹੁੰਦਾ ਹੈ, ਕ੍ਰਿਸ਼ਨ ਵੀ ਗੁਰਮੁਖਾਂ ਦਾ ਸੰਗੀ ਹੁੰਦਾ ਹੈ। ਦਿਆਲ ਦਮੋਦਰ ਗੁਰਮੁਖ ਪਾਈਐ, ਅਤੇ ਦਮੋਦਰ ਵੀ ਇੱਕ ਪਰਮਾਤਮਾ ਦਾ ਨਾਮ ਹੈ ਅਤੇ ਉਹ ਵੀ ਗੁਰਮੁਖਾਂ ਦੇ ਨਾਲ ਹੁੰਦਾ ਹੈ। ਦਿਆਲ ਭਾਵ ਦੂਜੇ ਜੀਵਾਂ ਦੇ ਉੱਪਰ ਦਇਆ ਕਰਨ ਵਾਲਾ, ਉਹ ਵੀ ਗੁਰਮੁਖਾਂ ਦੇ ਨਾਲ ਹੁੰਦਾ ਹੈ। ਸੋ ਪਰਮਾਤਮਾ ਨੂੰ ਇੱਥੇ ਤਿੰਨ ਚਾਰ ਵੱਖ ਵੱਖ ਸ਼ਬਦਾਂ ਦੇ ਨਾਲ ਦਰਸਾਇਆ ਗਿਆ ਹੈ। ਉਹ ਸ਼ਬਦ ਮਧਸੂਦਨ ਹੈ, ਕ੍ਰਿਸ਼ਨ ਹੈ, ਮੁਰਾਰੇ ਹੈ ਅਤੇ ਦਮੋਦਰ ਹੈ। ਇਹਨਾਂ ਚਾਰਾਂ ਹੀ ਸ਼ਬਦਾਂ ਦਾ ਅਰਥ ਇੱਥੇ ਪਰਮਾਤਮਾ ਹੈ ਇਹਨਾਂ ਪੰਕਤੀਆਂ ਦੇ ਵਿੱਚ। ਅਤੇ ਗੁਰੂ ਜੀ ਕਹਿ ਰਹੇ ਹਨ ਕਿ ਉਹ ਪਰਮਾਤਮਾ ਗੁਰਮੁਖਾਂ ਨੂੰ ਮਿਲਦਾ ਹੈ, ਜਿਹੜੇ ਗੁਰੂ ਦੀ ਸ਼ਰਨ ਪੈਂਦੇ ਹਨ ਉਹਨਾਂ ਨੂੰ ਉਹ ਪਰਮਾਤਮਾ ਮਿਲਦਾ ਹੈ। ਹੋਰਤ ਕਿਤੇ ਨਾ ਭਾਤੀ ਜੀਓ, ਅਤੇ ਕਿਸੇ ਵੀ ਹੋਰ ਤਰੀਕੇ ਦੇ ਨਾਲ ਉਹ ਪਰਮਾਤਮਾ ਨਹੀਂ ਮਿਲਦਾ। ਨਿਰਹਾਰੀ ਕੇਸਵ ਨਿਰਵੈਰਾ, ਕੋਟ ਜਨਾ ਜਾ ਕੇ ਪੂਜੇ ਪੈਰਾ, ਗੁਰਮੁਖ ਹਿਰਦੈ ਜਾ ਕੈ ਹਰ ਹਰ, ਸੋਈ ਭਗਤ ਇਕਾਤੀ ਜੀਓ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਰਮਾਤਮਾ ਦਾ ਜੋ ਸਰੂਪ ਹੈ ਉਸਨੂੰ ਜ਼ਿਆਦਾਤਰ ਥਾਵਾਂ ਦੇ ਉੱਪਰ ਬਿਆਨ ਨਹੀਂ ਕੀਤਾ ਗਿਆ। ਇਹੀ ਕਿਹਾ ਗਿਆ ਹੈ ਕਿ ਜੋ ਪਰਮਾਤਮਾ ਹੈ ਉਸਦੇ ਸਰੂਪ ਨੂੰ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ, ਉਸਨੂੰ ਕੋਈ ਖਾਸ ਦਿੱਖ ਅਸੀਂ ਨਹੀਂ ਦੇ ਸਕਦੇ। ਪਰ ਇਹਨਾਂ ਪੰਕਤੀਆਂ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪਰਮਾਤਮਾ ਦੀ ਦਿੱਖ ਦੇ ਪ੍ਰਤੀ ਇੱਕ ਥੋੜ੍ਹੀ ਜਿਹੀ ਟਿੱਪਣੀ ਕੀਤੀ ਹੈ, ਅਤੇ ਉਹ ਇਹ ਹੈ ਕਿ ਨਿਰਹਾਰੀ ਕੇਸ਼ਵ ਨਿਰਵੈਰਾ, ਇੱਥੇ ਪਰਮਾਤਮਾ ਨੂੰ ਕੇਸ਼ਵ ਕਿਹਾ ਗਿਆ ਹੈ। ਕੇਸ਼ਵ ਉਹ ਇਨਸਾਨ ਕਹਿ ਲਈਏ ਜਾਂ ਉਹ ਸ਼ਕਤੀ ਜਿਸ ਦੇ ਕਿ ਲੰਬੇ ਵਾਲ, ਸੋਹਣੇ ਵਾਲ ਹੋਣ। ਸੋ ਲੰਬੇ ਵਾਲਾਂ ਨੂੰ ਪਰਮਾਤਮਾ ਦੀ ਇੱਕ ਨਿਸ਼ਾਨੀ ਦੱਸਿਆ ਗਿਆ ਹੈ ਇਸ ਪੰਕਤੀ ਦੇ ਅਨੁਸਾਰ। ਇਹ ਗੱਲ ਆਪਾਂ ਇਸ ਇੱਕ ਪੰਕਤੀ ਦੀ ਵਿਆਖਿਆ ਆਪਾਂ ਜੋ ਕੇਸਾਂ ਦੇ ਬਾਰੇ ਦੇ ਵਿੱਚ ਇੱਕ ਵੀਡੀਓ ਪਾਈ ਸੀ ਉਸ ਦੇ ਵਿੱਚ ਵੀ ਕੀਤੀ ਸੀ। ਸੋ ਪੂਰੀ ਪੰਕਤੀ ਦੇ ਅਰਥ ਇੱਥੇ ਇਹ ਹਨ ਕਿ ਕਰੋੜਾਂ ਹੀ ਸੇਵਕ ਹਨ ਜੋ ਉਸ ਪਰਮਾਤਮਾ ਨੂੰ ਪੂਜਦੇ ਹਨ, ਉਸ ਪਰਮਾਤਮਾ ਦੇ ਪੈਰ ਪੂਜਦੇ ਹਨ। ਉਹ ਪਰਮਾਤਮਾ ਜਿਹੜਾ ਕੇਸ਼ਵ ਹੈ ਅਤੇ ਜਿਹੜਾ ਕਿਸੇ ਦੇ ਨਾਲ ਵੀ ਕਿਸੇ ਪ੍ਰਕਾਰ ਦਾ ਵੈਰ ਨਹੀਂ ਰੱਖਦਾ, ਅਤੇ ਉਹ ਨਿਰਹਾਰੀ ਵੀ ਹੈ, ਭਾਵ ਕਿ ਉਸਨੂੰ ਕਿਸੇ ਤਰ੍ਹਾਂ ਦਾ ਆਹਾਰ ਲੈਣ ਦੀ ਲੋੜ ਨਹੀਂ ਪੈਂਦੀ, ਉਹਨੂੰ ਕਿਸੇ ਖੁਰਾਕ ਦੀ ਲੋੜ ਨਹੀਂ ਪੈਂਦੀ। ਗੁਰੂ ਦੇ ਰਾਹੀਂ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਪਰਮਾਤਮਾ ਵਸ ਪੈਂਦਾ ਹੈ ਉਹ ਮਨੁੱਖ ਅਨਿੰਨ ਭਗਤ ਬਣ ਜਾਂਦਾ ਹੈ, ਉਸ ਪਰਮਾਤਮਾ ਦਾ ਇੱਕ ਬਹੁਤ ਹੀ ਅਜੀਜ਼ ਭਗਤ ਬਣ ਜਾਂਦਾ ਹੈ। ਅਮੋਘ ਦਰਸ਼ਨ ਬੇਅੰਤ ਅਪਾਰਾ, ਵੱਡ ਸਮਰੱਥ ਸਦਾ ਦਾ ਤਾਰਾ, ਗੁਰਮੁਖ ਨਾਮ ਜਪੀਆ ਤਿਤ ਤਰੀਐ, ਗਤ ਨਾਨਕ ਵਿਰਲੀ ਜਾਤੀ ਜੀਓ। ਕਿ ਉਸ ਪਰਮਾਤਮਾ ਦਾ ਜੋ ਦਰਸ਼ਨ ਹੈ ਉਹ ਅਮੋਘ ਹੈ, ਜਿਹੜਾ ਅਮੋਘ ਤੋਂ ਭਾਵ ਕਿ ਫਲ ਦੇਣ ਵਾਲਾ, ਕਿ ਉਸ ਪਰਮਾਤਮਾ ਦਾ ਦਰਸ਼ਨ ਜਿਸ ਨੂੰ ਹੋ ਗਿਆ ਉਸ ਇਨਸਾਨ ਨੂੰ ਜ਼ਰੂਰ ਉਸਦਾ ਫਲ ਮਿਲਦਾ ਹੈ। ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸਦੀ ਹਸਤੀ ਦਾ ਉਰਲਾ ਪਰਲਾ ਬੰਨਾ ਨਹੀਂ ਲੱਭ ਸਕਦਾ। ਉਹ ਵੱਡੀਆਂ ਤਾਕਤਾਂ ਵਾਲਾ ਹੈ, ਸਦਾ ਹੀ ਦਾਤਾਰ ਹੈ, ਦਾਤਾਂ ਦਿੰਦਾ ਰਹਿੰਦਾ ਹੈ। ਗੁਰੂ ਦੀ ਸ਼ਰਨ ਪੈ ਕੇ ਜੇਕਰ ਅਸੀਂ ਉਸ ਪਰਮਾਤਮਾ ਦਾ ਨਾਮ ਜਪੀਏ ਤਾਂ ਉਸ ਨਾਮ ਦੀ ਬਰਕਤ ਨਾਲ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਪਰ ਹੇ ਨਾਨਕ, ਇਹ ਉੱਚੀ ਆਤਮਕ ਅਵਸਥਾ ਵਿਰਲਿਆਂ ਦੀ ਹੀ ਸਮਝ ਦੇ ਵਿੱਚ ਪੈਂਦੀ ਹੈ। ਹਰ ਇੱਕ ਇਨਸਾਨ ਉਸ ਅਵਸਥਾ ਨੂੰ ਹਾਸਲ ਨਹੀਂ ਕਰ ਸਕਦਾ ਅਤੇ ਉਸ ਅਵਸਥਾ ਦੇ ਅਹਿਸਾਸ ਨੂੰ ਮਹਿਸੂਸ ਨਹੀਂ ਕਰ ਸਕਦਾ। ਮਾਝ ਮਹਿਲਾ ਪੰਜਵਾਂ, ਕਹਿਆ ਕਰਨਾ ਦਿੱਤਾ ਲੈਣਾ, ਗਰੀਬਾ ਅਨਾਥਾ ਤੇਰਾ ਮਾਣਾ, ਸਭ ਕੁਛ ਤੂੰ ਹੈ, ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕਉ ਵੱਲ ਜਾਈ ਜੀਓ। ਹੇ ਪਰਮਾਤਮਾ, ਜੋ ਕੁਝ ਤੂੰ ਹੁਕਮ ਕਰਦਾ ਹੈ ਉਹੀ ਜੀਵ ਕਰਦੇ ਹਨ। ਕਹਿਆ ਕਰਨਾ, ਕਿ ਜੋ ਕੁਝ ਤੂੰ ਕਹਿਤਾ ਜੀਵਾਂ ਨੇ ਉਹੀ ਕਰਨਾ ਹੈ, ਅਤੇ ਦਿੱਤਾ ਲੈਣਾ, ਅਤੇ ਜੋ ਕੁਝ ਤੂੰ ਦੇਤਾ ਜੀਵਾਂ ਨੇ ਉਹੀ ਹਾਸਲ ਕਰਨਾ ਹੈ।
ਭਾਵ ਕਿ ਜੋ ਕੁਝ ਵੀ ਜੀਵ ਕਰਦੇ ਹਨ ਜਾਂ ਪ੍ਰਾਪਤ ਕਰਦੇ ਹਨ ਉਹ ਤੇਰੇ ਹੁਕਮ ਦੇ ਅਨੁਸਾਰ ਹੈ। ਗਰੀਬਾਂ ਅਨਾਥਾਂ ਤੇਰਾ ਮਾਣਾ ਤੇ ਗਰੀਬ ਅਤੇ ਅਨਾਥ ਜੀਵਾਂ ਨੂੰ ਤੇਰਾ ਹੀ ਆਸਰਾ ਹੈ। ਹੇ ਮੇਰੇ ਪਿਆਰੇ ਪ੍ਰਭੂ, ਇਸ ਸੰਸਾਰ ਦੇ ਵਿੱਚ ਸਭ ਕੁਝ ਤੂੰ ਹੀ ਕਰ ਰਿਹਾ ਹੈ, ਤੂੰ ਹੀ ਕਰ ਰਿਹਾ ਹੈ। ਮੈਂ ਤੇਰੀ ਸਮਰੱਥਾ ਤੋਂ ਸਦਕੇ ਜਾਂਦਾ ਹਾਂ। ਭਾਣਾ ਉੱਜੜ, ਭਾਣਾ ਰਾਹਾ, ਭਾਣਾ ਹਰ ਗੁਣ ਗੁਰਮੁਖ ਗਵਾਹਾ, ਭਾਣਾ ਭਰਮ ਭਵੈ ਬਹੁ ਜੂਨੀ, ਸਭ ਕਿਛ ਤਿਸੈ ਰਜਾਈ ਜੀਉ। ਭਾਣਾ ਸ਼ਬਦ ਦਾ ਸਿੰਪਲ ਜਿਹਾ ਅਰਥ ਹੈ ਕਿ ਜੋ ਕੁਝ ਵੀ ਹੁੰਦਾ ਹੈ ਉਸ ਪਰਮਾਤਮਾ ਦੀ ਰਜ਼ਾ ਅਨੁਸਾਰ ਹੁੰਦਾ ਹੈ। ਜਿਸ ਤਰ੍ਹਾਂ ਅਸੀਂ ਭਾਣਾ ਮੰਨਣ ਦੀ ਗੱਲ ਅਕਸਰ ਹੀ ਕਰਦੇ ਹਾਂ ਤਾਂ ਇਸ ਭਾਣਾ ਸ਼ਬਦ ਦਾ ਅਰਥ ਇੱਥੇ ਉਹੀ ਹੈ ਕਿ ਭਾਣਾ ਉੱਜੜ, ਭਾਣਾ ਰਾਹਾ, ਕਿ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਕਈ ਲੋਕ ਸਹੀ ਰਸਤਾ ਅਪਣਾ ਲੈਂਦੇ ਹਨ ਆਪਦੀ ਜ਼ਿੰਦਗੀ ਦੇ ਵਿੱਚ ਅਤੇ ਕਈ ਗਲਤ ਰਸਤਾ ਅਪਣਾ ਲੈਂਦੇ ਹਨ। ਪਰਮਾਤਮਾ ਦੀ ਰਜ਼ਾ ਵਿੱਚ ਹੀ ਕਈ ਜੀਵ ਗੁਰੂ ਦੀ ਸ਼ਰਨ ਪੈ ਕੇ ਉਸ ਪਰਮਾਤਮਾ ਦੇ ਗੁਣ ਗਾਉਂਦੇ ਹਨ ਅਤੇ ਕਈ ਜੀਵ ਆਪਦੇ ਮਨ ਪਿੱਛੇ ਲੱਗ ਕੇ ਭਟਕਣਾ ਦੇ ਵਿੱਚ ਫਸੇ ਰਹਿੰਦੇ ਹਨ। ਸਭ ਕੁਝ ਉਸ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੋ ਰਿਹਾ ਹੈ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਭਾਣਾ, ਅਗਮ ਅਗੋਚਰ ਬੇਅੰਤ ਅਥਾਹਾ, ਤੇਰੀ ਕੀਮਤ ਕਹਿਣ ਨਾ ਜਾਈ ਜੀਓ। ਜੋ ਕੁਝ ਵੀ ਇਨਸਾਨ ਨੂੰ ਬਣਾਉਂਦਾ ਹੈ ਤੂੰ ਹੀ ਬਣਾਉਂਦਾ ਹੈ। ਆਪਦੀ ਸਮਰੱਥਾ ਦੇ ਨਾਲ ਨਾ ਤਾਂ ਕੋਈ ਇਨਸਾਨ ਮੂਰਖ ਹੈ ਅਤੇ ਨਾ ਹੀ ਕੋਈ ਸਿਆਣਾ ਹੈ। ਹੇ ਅਪਹੁੰਚ ਪ੍ਰਭੂ, ਬੇਅੰਤ ਪ੍ਰਭੂ, ਅਥਾਹ ਪ੍ਰਭੂ, ਇਸ ਸੰਸਾਰ ਦੇ ਵਿੱਚ ਤੇਰਾ ਹੀ ਹੁਕਮ ਚੱਲ ਰਿਹਾ ਹੈ ਅਤੇ ਤੇਰੇ ਬਰਾਬਰ ਦੀ ਕੋਈ ਸ਼ੈ ਦੱਸੀ ਨਹੀਂ ਜਾ ਸਕਦੀ। ਖਾਕ ਸੰਤਨ ਕੀ ਦੇਹੋ ਪਿਆਰੇ, ਆਏ ਪਿਆ ਹਰ ਤੇਰੇ ਦੁਆਰੇ, ਦਰਸਨ ਪੇਖਤ ਮਨ ਅਕਾਵੈ, ਨਾਨਕ ਮਿਲਣ ਸੁਭਾਈ ਜੀਓ। ਇੱਥੇ ਗੁਰੂ ਜੀ ਉਸ ਪਰਮਾਤਮਾ ਦੇ ਅੱਗੇ ਅਰਜ਼ੋਈ ਕਰਦੇ ਹਨ ਕਿ ਹੇ ਮੇਰੇ ਪਿਆਰੇ ਪਰਮਾਤਮਾ, ਮੈਂ ਤੇਰੇ ਦਰ 'ਤੇ ਆ ਡਿੱਗਾ ਹਾਂ, ਮੈਨੂੰ ਆਪਦੇ ਸੰਤਾਂ ਦੀ ਚਰਨਾਂ ਦੀ ਧੂੜ ਦੇ ਦੇ। ਤੇਰੇ ਦਰਸ਼ਨ ਕੀਤਿਆਂ ਮਨ ਦੁਨੀਆਂ ਦੇ ਪਦਾਰਥਾਂ ਵੱਲੋਂ ਰੱਜ ਜਾਂਦਾ ਹੈ ਅਤੇ ਉਸ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਉਸ ਨਾਲ ਮਿਲਾਪ ਹੁੰਦਾ ਹੈ। ਜੇਕਰ ਅਸੀਂ ਇਹ ਕਹੀਏ ਕਿ ਅਸੀਂ ਉਸ ਪਰਮਾਤਮਾ ਨੂੰ ਮਿਲ ਲੈਂਦੇ ਹਾਂ ਤਾਂ ਉਹ ਵੀ ਗਲਤ ਹੈ। ਜੋ ਵੀ ਹੁੰਦਾ ਹੈ ਉਸ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ। ਜੇਕਰ ਸਾਨੂੰ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ, ਜੇਕਰ ਸਾਨੂੰ ਇੱਕ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਹਨ, ਸਾਨੂੰ ਕਦੇ ਕੋਈ ਅਹਿਸਾਸ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਕਿ ਹਾਂ ਮੈਂ ਪਰਮਾਤਮਾ ਨੂੰ ਪਾ ਲਿਆ ਹੈ, ਤਾਂ ਉਹ ਅਹਿਸਾਸ ਉਸ ਪਰਮਾਤਮਾ ਦੀ ਹੀ ਦੇਣ ਹੁੰਦੀ ਹੈ। ਇਸ ਪੇਜ ਦੀ ਬਾਣੀ ਦੇ ਵਿੱਚ ਗੁਰੂ ਜੀ ਨੇ ਉਸ ਪਰਮਾਤਮਾ ਦੇ ਭਾਣੇ ਦੀ ਗੱਲ ਕੀਤੀ ਹੈ, ਉਸ ਪਰਮਾਤਮਾ ਦੇ ਹੁਕਮ ਦੀ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਇਸ ਸੰਸਾਰ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਹ ਉਸ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਹੋ ਰਿਹਾ ਹੈ। ਬੰਦੇ ਦੇ ਹੱਥ ਵੱਸ ਕੁਝ ਵੀ ਨਹੀਂ ਹੈ, ਇੱਥੋਂ ਤੱਕ ਕਿ ਸਿਆਣਾ ਬਣਨਾ ਜਾਂ ਮੂਰਖ ਬਣਨਾ ਵੀ ਬੰਦੇ ਦੇ ਹੱਥ ਵਿੱਚ ਨਹੀਂ ਹੈ। ਜੋ ਕੋਈ ਸਿਆਣਾ ਹੈ ਜਾਂ ਮੂਰਖ ਹੈ ਉਹ ਸਭ ਉਸ ਪਰਮਾਤਮਾ ਦੀ ਦਇਆ ਨਾਲ ਹੈ, ਉਸ ਪਰਮਾਤਮਾ ਦੀ ਰਜ਼ਾ ਨਾਲ ਹੈ। ਇੱਥੇ ਹੀ ਇਸ ਅੰਗ ਦੀ ਵਿਆਖਿਆ ਦੀ ਅਸੀਂ ਸਮਾਪਤੀ ਕਰਦੇ ਹਾਂ। ਇਸ ਵੀਡੀਓ ਨੂੰ ਵੀ ਆਪਣੇ ਕਰੀਬੀ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ, ਆਪਣੇ ਰਿਸ਼ਤੇਦਾਰਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਅਤੇ ਜੋ ਤੁਸੀਂ ਇਸ ਤੋਂ ਸਿੱਖਦੇ ਹੋ ਉਸਨੂੰ ਵੀ ਸ਼ੇਅਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਆਪਣੇ ਸ਼ਬਦਾਂ ਦੇ ਵਿੱਚ, ਤਾਂ ਕਿ ਉਹ ਸਿੱਖਿਆ ਤੁਹਾਡੇ ਮਨ ਦੇ ਵਿੱਚ ਘਰ ਕਰ ਜਾਏ। ਇਸੇ ਮੈਸੇਜ ਦੇ ਨਾਲ ਅਸੀਂ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।